ਰਾਤਰੀ ਕਾਲ ਤੋਂ ਜ਼ਿਕਰ ਪੰਜਾਬੀ ਯੂਐਸਏ ਟੀਵੀ ਮੈਂ ਬਰਨ ਕੌਲਮਾਨ ਖਬਰਾਂ ਦੇ ਬ੍ਰਿਟਿਸ਼ ਤੁਹਾਡਾ ਸਵਾਗਤ ਪੇਸ਼ ਤੇ ਪਹਿਲਾ ਚੋੜੀਆ ਖਬਰ ਕੈਨੇਡਾ ਵਾਲਿਆਂ ਨੂੰ ਤੁਰੰਤ ਪਾਸਪੋਰਟ ਵਾਸਤੇ ਦੇਣੀ ਹੋਵੇਗੀ ਵੱਧੂ ਫੀਸ ਅਮਰੀਕਾ ਵਿੱਚ ਅਜੇ ਮੰਦੀ ਦਾ ਦੌਰ ਨਹੀਂ ਆਇਆ ਜੋ ਵਾਈਡਨ ਕੈਨੇਡਾ ਦੇ ਸਟੱਡੀ ਵੀਜ਼ਾ ਤੋਂ ਇਨਕਾਰ ਦੀ ਦਰ ਵਧੀ ਅਮਰੀਕਾ ਵਿੱਚ ਹਵਾਈ ਅੱਡੇ ਤੇ ਔਰਤ ਨੇ ਹਵਾ ਵਿੱਚ ਚਲਾਈ ਗੋਲੀ ਸਵਾਲਾਂਚਗਰੀ ਹਵਾਈ ਕੰਪਨੀ ਨੂੰ ਸਰਕਾਰ ਤੋਂ ਲਈ ਰਾਹਤ ਕੇਂਦਰ ਸਰਕਾਰ ਨੇ ਕਿਹਾ ਸਪਾਈਸ ਜੈਟ ਦੇ ਜਹਾਜ਼ਾ ਵਿੱਚ ਨਹੀਂ ਹੈ ਕੋਈ ਵੀ ਖਾਮੀ ਦੁਨੀਆ ਦੇ 75 ਦੇਸ਼ਾਂ ਵਿੱਚ ਫੈਲਿਆ ਬੰਕੀਪੌਕਸ ਨਿਊਯਾਰਕ ਵਿੱਚ ਬਦੀ ਮਰੀਜ਼ਾਂ ਦੀ ਗਿਣਤੀ ਤਿੰਨੋਂ ਪੰਜਾਬੀ ਤੇ ਬਾਸਕਟਬਾਲ ਦੇ ਚੋਟੀ ਦੇ ਖਿਡਾਰੀ ਸਨ ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਮਰਨ ਵਾਲੀ ਨੌਜਵਾਨ ਪਤਨੀ ਵੱਲੋਂ ਟਿਕਟੌਕ ਵੀਡੀਓ ਬਣਾਉਣ ਤੋਂ ਖਫਾ ਹੋਇਆ ਪਾਕਿਸਤਾਨੀ ਪਤੀ ਅਮਰੀਕਾ ਜਾ ਕੇ ਕੀਤਾ ਕਤਲ ਅਮਰੀਕੀ ਅਦਾਲਤ ਨੇ 파ਰਤੇ ਮੂਲ ਦੇ ਅਮਿਤ ਪਟੇਲ ਨੂੰ ਆਪਣੇ ਹੀ ਬੱਚੇ ਨੂੰ ਅਗਵਾ ਕਰਨ ਦਾ ਠਹਿਰਾਇਆ ਦੋਸ਼ੀ ਦੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ ਪਾਸਪੋਰਟ ਦੀ ਉਡੀਕ ਵਿੱਚ ਲਗੀਆਂ ਲੰਬੀਆਂ ਕਿਤਾਹਾਂ ਦਰਮਿਆਨ ਕੈਨੇਡਾ ਸਰਕਾਰ ਵੱਲੋਂ ਇੱਕ ਨਵੀਂ ਵੈਬਸਾਈਟ ਸ਼ੁਰੂ ਕੀਤੀ ਗਈ ਹੈ ਜਿਸ ਰਾਹੀਂ ਕਈ ਕਿਸਮ ਦੀ ਵੱਡਮੁੱਲੀ ਜਾਣਕਾਰੀ ਮੁਹੱਈਆ ਕਰਵਾਈ ਜਾਏਗੀ ਪਰ ਪਾਸਪੋਰਟ ਵਾਸਤੇ ਅਪਾਇੰਟਮੈਂਟ ਬੁੱਕ ਕਰਨ ਦਾ ਕੋਈ ਤਰੀਕਾ ਨਹੀਂ ਦੱਸਿਆ ਗਿਆ। ਕੁਝ ਲੋਕਾਂ ਵੱਲੋਂ ਨਵੀਂ ਵੈਬਸਾਈਟ ਤੇ ਮਹੱਈਆ ਜਾਣਕਾਰੀ ਨੂੰ ਬੇਕਾਰ ਦੱਸਿਆ ਜਾ ਰਿਹਾ ਹੈ ਪਰ ਕਿਹਾ ਜਾ ਰਿਹਾ ਕਿ ਇਸ ਨਾਲ ਵਾਧੂ ਫੀਸ ਜ਼ਰੂਰ ਲੱਗੇਗੀ। ਦੁਨੀਆ ਦੇ ਜ਼ਿਆਦਾਤਰ ਦੇਸ਼ ਮਹਿੰਗਾਈ ਦੇ ਮੋਰਚੇ ਤੇ ਵੱਧਦੀ ਚੁਣੌਤੀ ਤੋਂ ਚਿੰਤਤ ਨੇ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਮੰਦੀ ਵਿੱਚ ਨਹੀਂ ਜਾਣ ਵਾਲਾ ਹੈ ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਨੇ ਕਿਹਾ ਮੇਰੇ ਵਿਚਾਰ ਵਿੱਚ ਅਸੀਂ ਅਜੇ ਮੰਦੀ ਵਿੱਚ ਨਹੀਂ ਜਾ ਰਹੇ ਹਾਂ ਜੋ ਵਾਈਡਨ ਨੇ ਅੱਗੇ ਕਿਹਾ ਅਮਰੀਕਾ ਵਿੱਚ ਬੇਰੋਜ਼ਗਾਰੀ ਦੀ ਦਰ ਅਜੇ ਵੀ ਇਤਿਹਾਸ ਵਿੱਚ ਸਭ ਤੋਂ ਘੱਟ ਹੈ ਇਹ ਕੇਵਲ 3.6% ਖੇਤਰ ਵਿੱਚ ਹੈ ਅਸੀਂ ਅਜੇ ਵੀ ਆਪਣੇ ਆਪ ਨੂੰ ਉਹਨਾਂ ਲੋਕਾਂ ਨਾਲ ਲੱਭਦੇ ਹਾਂ ਜੋ ਨਿਵੇਸ਼ ਕਰਦੇ ਨੇ ਜੋ ਵਾਈਡਨ ਨੇ ਕਿਹਾ ਮੇਰੀ ਉਮੀਦ ਹੈ ਕਿ ਅਸੀਂ ਤੇਜ਼ੀ ਨਾਲ ਵਿਕਾਸ ਵੱਲ ਵਧਾਂਗੇ ਹਾਲ ਹੀ ਵਿੱਚ ਕੈਨੇਡਾ ਦੇ ਸਟੱਡੀ ਵੀਜ਼ਾ ਤੋਂ ਇਨਕਾਰ ਦੀ ਦਰ ਬੀਤੇ ਸਾਲਾਂ ਦੇ ਮੁਕਾਬਲੇ ਬਹੁਤ ਵੱਧ ਚੁੱਕੀ ਹੈ ਜਿਸ ਕਾਰਨ ਦੇਸ਼ ਅਤੇ ਵਿਦੇਸ਼ਾਂ ਤੋਂ ਕੈਨੇਡਾ ਚ ਪੱਕੇ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਹੋ ਰਹੀ ਹੈ ਅਤੇ ਉਹਨਾਂ ਦੇ ਪਰਿਵਾਰ ਵੀ ਪਰੇਸ਼ਾਨ ਨੇ ਅੰਗਰੇਜ਼ੀ ਦੇ ਗਿਆਨ ਦੇ ਟੈਸਟ ਬਾਰ-ਬਾਰ ਦੇ ਕੇ ਅਤੇ ਬੈਂਡ ਵਧਾਉਣ ਦੇ باوجود ਅਰਜੀਕਰਤਾਵਾਂ ਨੂੰ ਵੀਜ਼ਾ ਤੋਂ ਨਾ ਹੋਣ ਬਾਰੇ ਜਾਣਕਾਰੀ ਮਿਲ ਰਹੀ ਹੈ ਕਿ ਵਿਦਿਆਰਥੀਆਂ ਦੇ ਕੇਸ 3-4 ਵਾਰੀ ਰੱਦ ਹੋ ਚੁੱਕੇ ਨੇ ਪਤਾ ਲੱਗਿਆ ਕਿ ਭਾਰਤ ਤੋਂ 12 ਜਮਾਤਾਂ ਪਾਸ ਕਰਨ ਤੋਂ ਬਾਅਦ ਕੈਨੇਡਾ ਦੇ ਕਾਲਜਾਂ ਵਿੱਚ ਦਾਖਲਾ ਲੈਣ ਵਾਲੇ ਮੁੰਡੇ ਅਤੇ ਕੁੜੀਆਂ ਨੂੰ ਵੱਧ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਉਚੇਰੀ ਸਿੱਖਿਆ ਲਈ ਕੈਨੇਡਾ ਵਿੱਚ ਸਰਕਾਰਾਂ ਤੋਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਵਿੱਚ ਦਾਖਲ ਹੋਣ ਵਾਲੇ ਹੁਸ਼ਿਆਰ ਅਤੇ ਆਰਥਿਕ ਤੌਰ ਤੇ ਚੰਗੀ ਸਥਿਤੀ ਵਾਲੇ ਵਿਦਿਆਰਥੀਆਂ ਨੂੰ ਇਨਕਾਰ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਪਿਤੇ ਸਮੇਂ ਦੌਰਾਨ ਕਰੀਅਰ ਕਾਲ ਜਾਂਦੇ ਪ੍ਰਬੰਧਕੀ ਕਰਮਚਾਰਾਂ ਦੀ ਖਾਮੀਆਂ ਕਾਰਨ ਕੈਨੇਡਾ ਸਰਕਾਰ ਨੂੰ ਅਨੇਕ ਸ਼ਿਕਾਇਤਾਂ ਮਿਲੀਆਂ ਅਤੇ ਪਤਾ ਲੱਗਦਾ ਰਿਹਾ ਕਿ ਮੁੰਡਿਆਂ ਅਤੇ ਲੜਕੀਆਂ ਦਾ ਮਕਸਦ ਪੜਾਈ ਕਰਨਾ ਨਹੀਂ ਸਗਸਟੜੀ ਵੀਜ਼ਾ ਦੇ ਆਸਰੇ ਕੈਨੇਡਾ ਵਿੱਚ ਪੈਰ ਰੱਖਣਾ ਤੇ ਪੱਕੇ ਹੋਣ ਲਈ ਉਗਾਰਡ ਕਰਨਾ ਹੀ ਰਹਿ ਗਿਆ ਸੀ ਇਸ ਵਰਤਾਰੇ ਨਾਲ ਪੱਕੇ ਹੋਣ ਵਾਸਤੇ ਲੁੜਿੰਦੇ ਦਸਤਾਵੇਜ਼ਾਂ ਦੀ ਕੈਨੇਡਾ ਦੇ ਵਿਦਿਆਕਤੇ ਕਾਰੋਬਾਰੀਆ ਧਾਰਿਆਂ ਤੋਂ ਖਰੀਦ-ਵੇਚ ਦਾ ਪ੍ਰਿਸ਼ਟਾਚਾਰ ਵੇਖਉ ਰੁਪਰ ਪੁੱਛਤਾ ਗਿਆ ਜਿਸ ਤੋਪਜ ਰਹੇ ਸਮਾਜਿਕ ਮਾਹੌਲ ਤੋਂ ਕੈਨੇਡਾ ਵਾਸੀ ਅਤੇ ਕੈਨੇਡਾ ਸਰਕਾਰ ਚਿੰਤਿਤ ਹੋ ਗਈ ਹੈ ਅਜਿਹੇ ਚ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸੈਮੇਸਟਰਾਂ ਵਾਸਤੇ ਭਾਰਤ ਦੇ ਅਰਜੀਕਰਤਾਵਾਂ ਨੂੰ ਆਮ ਨਾਲੋਂ ਬਹੁਤ ਘੱਟ ਵੀਜ਼ੇ ਮਿਲਣ ਦੀਆਂ ਖਬਰਾਂ ਨੇ ਅਤੇ ਇਮੀਗ੍ਰੇਸ਼ਨ ਵਿਭਾਗ ਕੋਲੇ ਸਮੇਂ ਵੀ 25000 ਤੋਂ ਵੱਧ ਅਰਜ਼ੀਆਂ ਵਿਚਾਰ ਅਧੀਨ ਨੇ ਇਸ ਦੌਰਾਨ ਪਤਾ ਲੱਗ ਗਿਆ ਕਿ ਸਟੱਡੀ ਵੀਜ਼ਾ ਨਾਲ ਹਫ਼ਤੇ 'ਚ 20 ਘੰਟੇ ਕੰਮ ਕਰਨ ਦੀ ਮਦਦ ਮਿਲਦੀ ਹੈ ਖੁੱਲੇ ਬਾਰੇ ਵੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲਾ ਵੱਲੋਂ ਮੁੜ ਵਿਚਾਰ ਕੀਤਾ ਜਾ ਰਿਹਾ ਤਾਂ ਕਿ ਇਸ ਨੂੰ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਤੇ ਸਟੱਡੀ ਵਾਸਤੇ ਲੋੜਿੰਦੇ ਸਮੇਂ ਦੇ ਅਨੁਸਾਰ ਤਵਾਜ਼ਨ ਵਿੱਚ ਰੱਖਿਆ ਜਾ ਸਕੇ ਅਮਰੀਕਾ ਦੇ ਡਲਾਸ ਦੇ ਲਵ ਫੀਲਡ ਹਵਾਈ ਅੱਡੇ ਉੱਪਰ ਉਸ ਵੇਲੇ ਪਗੜ ਮਚ ਗਈ ਜਦੋਂ ਇੱਕ ਔਰਤ ਨੇ ਹਵਾ ਵਿੱਚ ਗੋਲੀ ਚਲਾ ਦਿੱਤੀ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਇੱਧਰ ਉੱਧਰ ਲੁਕ ਗਏ ਗਲਾਸ ਪੁਲਿਸ ਮੁਖੀ ਐਡਗਾਰਡੋ ਗਾਰਾਸੀਆ ਨੇ ਕਿਹਾ ਹੈ ਕਿ 37 ਸਾਲਾ ਔਰਤ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਟਿਕਟ 카운ਟਰ ਖੇਤਰ ਵਿੱਚ ਦਾਖਲ ਹੋਈ ਉਹ ਬਾਥਰੂਮ ਗਈ ਤੇ ਕੁਝ ਮਿੰਟਾਂ ਬਾਅਦ ਕੱਪੜੇ ਬਦਲ ਕੇ ਬਾਹਰ ਆਈ ਬਾਹਰ ਆ ਕੇ ਉਸਨੇ ਗੋਲੀ ਚਲਾ ਦਿੱਤੀ ਜਿਸ ਨੂੰ ਰੋਕਣ ਲਈ ਪੁਲਿਸ ਅਧਿਕਾਰੀ ਨੇ ਉਸ ਤੇ ਲੱਤ ਚ ਗੋਲੀ ਮਾਰੀ ਗਾਰਾਸੀਆ ਅਨੁਸਾਰ ਔਰਤ ਤੋਂ ਇਲਾਵਾ ਹੋਰ ਕੋਈ ਜ਼ਖਮੀ ਨਹੀਂ ਹੋਇਆ ਗਾਰਾਸੀਆ ਅਨੁਸਾਰ ਔਰਤ ਨੇ ਹਵਾ ਵਿੱਚ ਗੋਲੀ ਕਿਉਂ ਚਲਾਈ ਹੈ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਗੋੜੀ ਚੱਲਣ ਉਪਰੰਤ ਹਵਾਈ ਅੱਡੇ ਨੂੰ ਖਾਲੀ ਕਰਵਾ ਲਿਆ ਗਿਆ। ਗਲਾਸ ਹਵਾਈ ਅੱਡੇ ਤੇ ਪਹੁੰਚੀਆਂ ਉਡਾਣਾਂ ਨੂੰ ਉੱਥੇ ਹੀ ਕੁਝ ਘੰਟਿਆਂ ਲਈ ਰੋਕ ਲਿਆ ਗਿਆ ਤੇ ਜੋ ਉਡਾਣਾਂ ਜਾਣ ਦੀ ਤਿਆਰੀ ਵਿੱਚ ਸਨ ਉਹ ਵੀ ਰੋਕ ਲਈਆਂ ਗਈਆਂ। ਨਿੱਜੀ ਖੇਤਰ ਦੀ ਹਵਾਈ ਕੰਪਨੀ ਸਪਾਈਸ ਜੈਟ ਵਿੱਚ ਕੁਝ ਦਿਨ ਪਹਿਲਾਂ ਜਿਸ ਤਰ੍ਹਾਂ ਲਗਾਤਾਰ ਸੁਰੱਖਿਆ ਖਾਮੀਆਂ ਸਾਹਮਣੇ ਆ ਰਹੀਆਂ ਸਨ ਉਸ ਨੇ ਹਵਾਈ ਯਾਤਰੀਆਂ ਨੂੰ ਖਦਸ਼ਿਆਂ ਵਿੱਚ ਪਾ ਦਿੱਤਾ ਸੀ। ਸੋਮਵਾਰ ਨੂੰ ਸੰਸਦ ਵਿੱਚ ਸਰਕਾਰ ਦੇ ਬਿਆਨ ਨੇ ਸਪਾਈਸ ਜੈਟ ਨੂੰ ਵੱਡੀ ਰਾਹਤ ਦਿੱਤੀ ਹੈ। ਸ਼ਹਿਰੀ ਹਵਾਵਾਜ਼ੀ ਡਾਇਰੈਕਟੋਰੇਟ ਜਰਨਲ ਨੇ ਇਸ ਦੇ ਜਹਾਜ਼ਾਂ ਦੀ ਸੁਰੱਖਿਆ ਜਾਂਚ ਕੀਤੀ ਹੈ। ਕੁੱਲ 48 ਜਹਾਜ਼ਾਂ ਦੀ 53 ਔਨ-ਸਪੋਟ ਜਾਂਚ ਕੀਤੀ ਗਈ ਹੈ। ਇਸ ਦੌਰਾਨ ਕੋਈ ਸੁਰੱਖਿਆ ਖਾਮੀ ਨਜ਼ਰ ਨਹੀਂ ਆਈ। ਇਹ ਜਾਣਕਾਰੀ ਸ਼ਹਿਰੀ ਹਵਾਵਾਜ਼ੀ ਰਾਜ ਮੰਤਰੀ ਜਰਨਲ ਵੀ.ਕੇ. ਸਿੰਘ ਨੇ ਰਾਜ ਸਭਾ ਵਿੱਚ ਦਿੱਤੀ ਹੈ ਸਪਾਈਸ ਜੈਟ ਨੇ ਵੀ ਸਰਕਾਰ ਵੱਲੋਂ ਦਿੱਤੀ ਗਈ ਇਸ ਜਾਣਕਾਰੀ ਦੇ ਆਧਾਰ ਤੇ ਦਾਵਾ ਕੀਤਾ ਹੈ ਕਿ ਉਸਦੇ ਵਿਡੇ ਦੇ ਸਾਰੇ ਜਹਾਜ਼ ਪੂਰੀ ਤਰ੍ਹਾਂ ਸੁਰੱਖਿਅਤ ਨੇ ਡੀਜੀਸੀਏ ਨੇ ਜਿੰਨਾ 10 ਜਹਾਜ਼ਾ ਵਿੱਚ ਛੋਟੀ ਮੋਟੀ ਖਾਮੀ ਹੋਣ ਦਾ ਪਤਾ ਲਗਾਇਆ ਸੀ ਉਹ ਵੀ ਠੀਕ ਕਰ ਦਿੱਤਾ ਗਿਆ ਹੈ ਸਾਰੇ 10 ਜਹਾਜ਼ ਮੁਰ ਤੋਂ ਉਡਾਣ ਭਰਨ ਲਈ ਤਿਆਰ ਨੇ ਵੀਕੇ ਸਿੰਘ ਨੇ ਕਿਹਾ ਕਿ ਸਾਲਾਨਾ ਨਿਗਰਾਨੀ ਪ੍ਰੋਗਰਾਮ 2022 ਤਹਿਤ ਵਿਸਤਾਰਾ ਬਲੂ ਡਾਟ ਇੰਡੀਕੋ ਸਪਾਈਸ ਜੈਟ ਦਾ ਰੈਗੂਲੇਟਰੀ ਆਡਿਟ ਕੀਤਾ ਗਿਆ ਅਲਾਈਐਂਸ ਇਅਰ ਦਾ ਵੀ ਸਿਕਿਉਰਿਟੀ ਆਡਿਟ ਕੀਤਾ ਗਿਆ ਇਹਨਾਂ ਕੰਪਨੀਆਂ ਬਾਰੇ ਵੱਖਰੇ ਤੌਰ ਤੇ ਨਹੀਂ ਦੱਸਿਆ ਗਿਆ ਪਰ ਸਪਾਈਸ ਜੈਟ ਦੇ ਸੰਦਰਭ ਵਿੱਚ ਸਰਕਾਰ ਨੇ ਜ਼ਰੂਰ ਜਾਣਕਾਰੀ ਦਿੱਤੀ ਹੈ ਮੰਨਿਆ ਜਾ ਰਿਹਾ ਹੈ ਕਿ ਡੀਜੀਸੀਏ ਸਾਰੀਆਂ ਕੰਪਨੀਆਂ ਦੇ ਸੁਰੱਖਿਆ ਆਡਿਟ ਤੇ ਵੱਖਰੇ ਤੌਰ ਤੇ ਰਿਪੋਰਟ ਜਾਰੀ ਕਰੇਗੀ ਸਪਾਈਸ ਜੈਟ ਬਾਰੇ ਦੱਸਿਆ ਗਿਆ ਹੈ ਕਿ 9 ਤੋਂ 13 ਜੁਲਾਈ ਤੱਕ ਇਸ ਤੇ ਸਾਰੇ ਉਡਾਣ ਭਰਨ ਵਾਲੇ ਜਹਾਜ਼ਾਂ ਦੀ ਆਨਸਪੋਰਟ ਜਾਂਚ ਕੀਤੀ ਗਈ ਹੈ ਇਨ੍ਹਾਂ ਚ ਕੋਈ ਸੁਰੱਖਿਆ ਉਲੰਘਣਾ ਸਾਹਮਣੇ ਨਹੀਂ ਆਈ ਕਰੋਨਾ ਮਹਾਮਾਰੀ ਨਾਲ ਜੂਝ ਰਹੀ ਦੁਨੀਆ ਦੇ ਸਾਹਮਣੇ ਮੰਕੀ ਪੌਕਸ ਦਾ ਡਰ ਵੱਧਦਾ ਜਾ ਰਿਹਾ ਅਮਰੀਕਾ ਵਿੱਚ ਨਿਊਯਾਰਕ ਵਿੱਚ ਸਭ ਤੋਂ ਵੱਧ ਮਰੀਜ਼ ਨੇ ਵੱਧਦੀ دہشت ਨੂੰ ਦੇਖਦੇ ਹੋਏ ਨਿਊਯਾਰਕ ਦੇ ਹੈਲਥ ਕਮਿਸ਼ਨਰ ਨੇ ਵਿਸ਼ਵ ਸਿਹਤ ਸੰਗਠਨ ਤੋਂ ਇਸ ਵਾਇਰਸ ਦਾ ਨਾਮ ਬਦਲਣ ਦੀ ਮੰਗ ਕੀਤੀ ਹੈ WHO ਮੁਤਾਬਕ ਮੰਕੀ ਪੌਕਸ ਹੁਣ ਤੱਕ 75 ਦੇਸ਼ਾਂ ਵਿੱਚ ਦਸਤਕ ਦੇ ਚੁੱਕਾ ਹੈ ਦੁਨੀਆ ਭਰ ਵਿੱਚ ਮਰੀਜ਼ਾਂ ਦੀ ਗਿਣਤੀ 16000 ਨੂੰ ਪਾਰ ਕਰ ਗਈ ਹੈ WHO ਨੇ ਹਾਲ ਹੀ ਵਿੱਚ ਮੰਕੀ ਪੌਕਸ ਦੇ ਕਾਰਨ ਇੱਕ ਵਿਸ਼ਵ ਵਿਆਪੀ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ ਤਰਸਲ ਨਿਊਯਾਰਕ ਵਿੱਚ ਮੰਕੀ ਪੌਕਸ ਦੇ ਮਰੀਜ਼ਾਂ ਦੀ ਗਿਣਤੀ ਵਾਦਕੇ 1095 ਹੋ ਗਈ ਹੈ ਲੰਘੇ ਐਤਵਾਰ ਨੂੰ ਤੜਕੇ ਕਰੀਬ 5 ਵਜੇ ਨਿਊ ਜਰਸੀ ਦੇ ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਮਾਰੇ ਗਏ ਤਿੰਨ ਨੌਜਵਾਨਾਂ ਬਾਰੇ ਜਾਣਕਾਰੀ हासिल ਹੋਣ ਮੁਤਾਬਕ ਮਰਨ ਵਾਲੇ ਤਿੰਨੋਂ ਨੌਜਵਾਨ ਪੰਜਾਬ ਤੋਂ ਤੇ ਦੋ ਤਨ ਚਲੰਦਰ ਨਾਲ ਸੰਬੰਧਿਤ ਤੇ ਪ੍ਰਸਿੱਧ ਬਾਸਕਟਬਾਲ ਦੇ ਖਿਡਾਰੀ ਦੱਸੀ ਜਾ ਰਹੇ ਨੇ ਸੂਤਰਾਂ ਅਨੁਸਾਰ ਜੋ ਕਿ ਨਿਊਯਾਰਕ ਤੋਂ ਨਿਊ ਜਰਸੀ ਵਿਖੇ ਸਿੱਖ ਹੋਪਲੇ ਇਕ ਸਾਵਲ ਨਿਊਯਾਰਕ ਲਈ ਹੋਣ ਵਾਲੇ ਮੈਚ ਵਿੱਚ ਸ਼ਾਮਲ ਹੋਣ ਲਈ ਘਰਾਂ ਤੋਂ ਚੱਲੇ ਹੋਏ ਸਨ ਕਿ ਰਾਹ ਵਿੱਚ ਉਨ੍ਹਾਂ ਦੀ ਮੌਤ ਦੇ ਤੈਂਤ ਨੇ ਨਿਕਲ ਲਿਆ ਇਹਨਾਂ ਤੰਨਾ ਨੌਜਵਾਨਾਂ ਦੇ ਵਿਵਕਤੀ ਵਿਸ਼ੋੜੇ ਕਾਰਨ ਪੰਜਾਬੀ ਭਾਈਚਾਰਾ ਡੂੰਘੇ ਕੰਮ ਵਿੱਚ ਚਲਾ ਗਿਆ ਹੈ ਤੇ ਸਭ ਤੋਂ ਇਹਨਾਂ ਵੱਲੋਂ ਨੌਜਵਾਨਾਂ ਦੀ ਮੌਤ ਦੇ ਪੀੜਤ ਪਰਿਵਾਰਾਂ ਨਾਲ ਦੁੱਖ ਇਜ਼ਹਾਰ ਕੀਤਾ ਜਾ ਰਿਹਾ ਹੈ ਨੌਜਵਾਨ ਦੀ ਪਛਾਣ ਪੁਨੀਤ ਸਿੰਘ ਨਿਜਰ ਪੁੱਤਰ ਜਸਵੀਰ ਸਿੰਘ ਜੱਸੀ ਵਾਸੀ ਪਿੰਡ ਨਿਜਰਾ ਜ਼ਿਲ੍ਹਾ ਜਲੰਧਰ ਅਮਰਜੀਤ ਸਿੰਘ ਗਿੱਲ ਵਾਸੀ ਪਿੰਡ ਮੁਰਦੀਵਾਲ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਅਤੇ ਤੀਜੇ ਨੌਜਵਾਨ ਦੀ ਹਰਪਾਲ ਸਿੰਘ ਮਲਤਾਨੀ ਵਜੋਂ ਹੋਈ ਹੈ ਮਲਤਾਨੀ ਦਾ ਪੂਰਾ ਪਤਾ ਨਹੀਂ ਮਿਲ ਸਕਿਆ ਇਸ ਦੌਰਾਨ ਪੁਨੀਤ ਨਿਜਰ ਦੀ ਪੂਆ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਚੋਂ ਪੁਨੀਤ ਨਿਜਰ ਉਸਤਾਪਤੀ ਜੱਸੀ ਜੋ ਹਮੇਸ਼ਾ ਆਪਣੀ ਮਾਤਾ ਨੂੰ ਨਾਲ ਲੈ ਕੇ ਟੂਰਨਾਮੈਂਟ ਖੇਡਣ ਜਾਇਆ ਕਰਦਾ ਸੀ ਪਰ ਇਸ ਵਾਰ ਉਹ ਆਪਣੇ ਹੋਰ ਦੋ ਦੋਸਤਾਂ ਦੇ ਨਾਲ ਬਾਸਕਟਬਾਲ ਦੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਘਰ ਤੋਂ ਚੱਲ ਪਿਆ ਤੇ ਬਾਅਦ ਵਿੱਚ ਇਹਨਾਂ ਦੇ ਸੰਪਰਕ ਨੰਬਰ ਬੰਦ ਹੋਣ ਕਾਰਨ ਪਰਿਵਾਰ ਨੂੰ ਚਿੰਤਾ ਹੋਈ ਉਸਦੀ ਭਾਨਜੀ ਜੋ ਉਸ ਇਲਾਕੇ ਵਿੱਚ ਨੇੜੇ ਰਹਿੰਦੀ ਸੀ ਵੱਲੋਂ ਪਾਲਕੀਤੇ ਜਾਣ ਅਤੇ ਖਬਰਾਂ ਤੋਂ ਥੋੜਾ ਹਿੰਟ ਮਿਲਣ ਤੋਂ ਬਾਅਦ ਪੁਲਿਸ ਥਾਣੇ ਜਾ ਕੇ ਸੰਪਰਕ ਕੀਤਾ ਗਿਆ ਤਾਂ ਇਸ ਘਟਨਾ ਦਾ ਉਹਨਾਂ ਨੂੰ ਪਤਾ ਲੱਗਾ ਇਸ ਤੋਂ ਪ੍ਰੰਤ ਉਹਨਾਂ ਵੱਲੋਂ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਪਤਨੀ ਦੇ ਆਜ਼ਾਦ ਖਿਆਲਾਂ ਤੋਂ ਨਾਰਾਜ਼ ਇੱਕ ਪਾਕਿਸਤਾਨੀ ਨੇ ਅਮਰੀਕਾ ਦੇ ਇਲਿਨੋਇਸ ਵਿੱਚ ਉਸਦਾ ਕਤਲ ਕਰ ਦਿੱਤਾ ਇਸ ਤੋਂ ਬਾਅਦ ਖੁਦਕੁਸ਼ੀ ਕਰ ਲਈ 29 ਸਾਲਾ ਸਾਨੀਆ ਖਾਨ ਟਿਕਟੋਕਰ ਅਤੇ ਪ੍ਰੋਫੈਸ਼ਨਲ ਫੋਟੋਗ੍ਰਾਫਰ ਸੀ 36 ਸਾਲ ਦਾ ਪਤੀ ਰੌਹਲ ਅਹਿਮਦ ਬਿਜ਼ਨਸਮੈਨ ਸੀ ਰਿਪੋਰਟਰਾਂ ਮੁਤਾਬਕ ਰਹਿਲ ਦੀ ਸੋਚ ਕਟੜ ਪੰਥੀਆਂ ਵਾਲੀ ਸੀ ਜਦੋਂ ਕਿ ਸਾਨੀਆ ਆਜ਼ਾਦ ਕਿਆਲਾਂ ਵਾਲੇ ਸੀ ਇਸੇ ਕਾਰਨ ਦੋਵਾਂ ਵਿੱਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ ਦੋਵਾਂ ਦਾ ਵਿਆਹ ਇੱਕ ਸਾਲ ਵੀ ਨਹੀਂ ਚੱਲਿਆ ਤੇ ਜੂਨ ਵਿੱਚ ਦੋਵਾਂ ਦਾ ਤਲਾਕ ਹੋ ਗਿਆ ਪਰ ਰਾਹਲ ਅਜੇ ਵੀ ਉਸਨੂੰ ਪਰੇਸ਼ਾਨ ਕਰਦਾ ਸੀ ਸਾਨੀਆਂ ਨੇ ਜੂਨ ਵਿੱਚ ਇਹ ਦਰਦ ਸੋਸ਼ਲ ਮੀਡੀਆ ਤੇ ਪੋਸਟ ਰਾਹੀਂ ਬਿਆਨ ਕੀਤਾ ਸੀ ਮੀਡੀਆ ਰਿਪੋਰਟਾਂ ਮੁਤਾਬਕ ਇਹ ਸਿੱਧੇ ਤੌਰ ਤੇ ਆਨਰ ਕਿਲਿੰਗ ਦਾ ਮਾਮਲਾ ਹੈ ਇਸ ਤਰ੍ਹਾਂ ਦਾ ਮਾਮਲਾ ਪਾਕਿਸਤਾਨ ਵਿੱਚ ਆਮ ਮੰਨੇ ਜਾਂਦੇ ਨੇ ਰਾਹਲ ਦੇ ਮਾਨਸਿਕ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਨੀਆਂ ਦਾ ਕਤਲ ਕਰਨ ਲਈ ਉਹ ਜਾਰਜੀਆ ਤੋਂ ਇਲਿਨੋਇਸ 크੍ਰੀਪ 700 ਕਿਲੋਮੀਟਰ ਦਾ ਡਰਾਈਵ ਕਰਕੇ ਪਹੁੰਚਾ ਸੀ ਅਮਰੀਕਾ ਦੀ ਇੱਕ ਅਦਾਲਤ ਨੇ ਇੱਕ ਭਾਰਤੀ ਅਮਰੀਕੀ ਨਾਗਰਿਕ ਨੂੰ ਅਮਰੀਕਾ ਵਿੱਚ ਜਨਮੇ ਆਪਣੇ ਬੱਚੇ ਨੂੰ ਭਾਰਤ ਲੈ ਕੇ ਜਾਣ ਅਤੇ ਫਿਰ ਅਮਰੀਕਾ ਵਿੱਚ ਉਸ ਦੀ ਮਾਂ ਦੇ ਕੋਲ ਉਸ ਨੂੰ ਵਾਪਸ ਲਿਆਉਣ ਦੇ ਮਾਮਲੇ ਵਿੱਚ ਆਪਣੇ ਹੀ ਬੱਚੇ ਨੂੰ ਅਗਵਾ ਕਰਨ ਦਾ ਦੋਸ਼ੀ ਠਹਿਰਾਇਆ ਜੀ ਹਾਂ ਵਡੋਦਰਾ ਦੇ ਅਮਿਤ ਕੁਮਾਰ ਕੰਨੂ ਪਾਈ ਪਟੇਲ ਨੇ ਪੰਜ ਦਿਨਾਂ ਦੀ ਸੁਣਵਾਈ ਤੋਂ ਬਾਅਦ ਨਿਊ ਜਰਸੀ ਦੇ ਕੈਂਡਨ ਫੈਡਰਲ ਅਦਾਲਤ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਰੇਨੀ ਮੈਰੀ ਬਾਮ ਨੇ ਪਿਛਲੇ ਹਫਤੇ ਆਪਣੇ ਹੀ ਬੱਚੇ ਨੂੰ ਅਗਵਾ ਕਰਨ ਦਾ ਦੋਸ਼ੀ ਠਹਿਰਾਇਆ ਸੀ ਪਟੇਲ ਪਹਿਲਾਂ ਐਡੀਸਨ ਨਿਊ ਜਰਸੀ ਵਿੱਚ ਰਹਿੰਦੇ ਸਨ ਜੇਕਰ ਆਪਣੇ ਹੀ ਬੱਚੇ ਨੂੰ ਅਗਵਾ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਅਤੇ 2.5 ਲੱਖ ਡਾਲਰ ਤੇ ਵੱਧ ਜੁਰਮਾਨੇ ਦੀ ਵਿਵਸਥਾ ਹੈ ਪਟੇਲ ਨੂੰ ਇਸ ਸਾਲ ਨਵੰਬਰ ਵਿੱਚ ਇਸ ਮਾਮਲੇ ਵਿੱਚ ਸਜ਼ਾ ਸੁਣਾਈ ਜਾਏਗੀ ਅਮਰੀਕੀ ਟਾਰਨੀ ਫਲਾਪ ਪਾਰਸ ਆਲੈਂਗਰ ਨੇ ਸੋਮਵਾਰ ਨੂੰ ਦੱਸਿਆ ਕਿ ਪਟੇਲ ਨੂੰ ਬੱਚੇ ਦੇ ਅਗਵਾ ਬੱਚੇ ਦੀ ਮਾਂ ਦੇ ਅਧਿਕਾਰਾਂ ਵਿੱਚ ਰੁਕਾਵਟ ਪਾਉਣ ਅਤੇ ਬੱਚੇ ਨੂੰ ਅਮਰੀਕਾ ਵਾਪਸ ਲਿਆਉਣ ਵਿੱਚ ਅਸਫਲ ਰਹਿਣ ਦਾ ਦੋਸ਼ੀ ਠਹਿਰਾਇਆ ਗਿਆ ਹੈ हिमाचल प्रदेश ਦੇ ਚੰਬਾ ਜ਼ਿਲ੍ਹੇ ਦੇ ਚੁਰਾਹ ਵਿੱਚ ਮਹਿੰਦਰਾ ਕਾਰ 1000 ਫੁੱਟ heightਾਂ ਖੱਡ ਵਿੱਚ ਡਿਗਣ ਕਾਰਨ ਗੁਰਦਾਸਪੁਰ ਦੇ ਤਿੰਨ ਨੌਜਵਾਨਾਂ ਸਮੇਤ ਪੰਜ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਗੁਰਦਾਸਪੁਰ ਦੇ ਰਜੀਵ ਵਰਮਾ ਜੋ ਕਿ ਇੱਕ ਫਾਈਨਾਂਸ ਕੰਪਨੀ ਵਿੱਚ ਬਤੌਰ ਸਰਵੇਅਰ ਕੰਮ ਕਰਦੇ ਸੀ ਮੋਹਨ ਲਾਲ ਸਰੰਗਲ ਜੋ ਦਿਨਾਗਰ ਨਗਰ ਦੇ ਰਹਿਣ ਵਾਲੇ ਜੇ ਤੇ ਲੋਕ ਨਿਰਮਾਣ ਵਿਭਾਗ ਵਿੱਚ ਐਕਸੀਡੈਂਸ ਹਨ ਜੋ ਕਿ ਤਨਨਾਥ ਪਠਾਨਕੋਟ ਵਿੱਚ ਸਨ ਅਤੇ ਹਲਕਾ ਦਿਨਾ ਨਗਰ ਵਿੱਚ ਰਹਿੰਦੇ ਸਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜੀਵ ਸ਼ਰਮਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇੱਕ ਫਾਈਨਾਂਸ ਕੰਪਨੀ 'ਚ ਬਤੌਰ ਸਰਵੇਅਰ ਕੰਮ ਕਰਦੇ ਅਤੇ ਹਿਮਾਚਲ ਵਿੱਚ ਇੱਕ ਕਾਰ ਪਹਿਲਾਂ ਹੀ ਖੱਡ ਵਿੱਚ ਡਿੱਗੀ ਪਈ ਸੀ ਆਪਣੇ ਸਰਵੇਅਰ ਲਈ ਆਪਣੇ ਦੋਸਤਾਂ ਨਾਲ ਉੱਥੇ ਗਏ ਜਿੱਥੇ ਕੰਪਨੀ ਨੇ ਉਹਨਾਂ ਨੂੰ ਮਹਿੰਦਰਾ ਬਲੈਰੋ ਪ੍ਰੋਵਾਈਡ ਕਰਵਾਈ ਜਿਸ ਤੋਂ ਬਾਅਦ ਉਹ ਆਪਣੀ ਕਾਰ ਨੂੰ ਹੇਠਾਂ ਛੱਡ ਕੇ ਕੰਪਨੀ ਦੀ ਕਾਰ ਤੇ हिमाचल ਤੋਂ ਆਏ ਦੋ ਵਿਅਕਤੀਆਂ ਨੂੰ ਨਾਲ ਲੈ ਕੇ ਨਿਕਲ ਗਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਸਰਵੇ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸ਼ਾਂਤਾਂ ਅਚਾਨਕ ਸਾਹਮਣੇ ਤੋਂ ਉਦਾ ਗਈ ਉਹਨਾਂ ਨੂੰ ਰਸਤੇ 'ਚ ਕੁਝ ਦਿਖਾਈ ਨਹੀਂ ਦਿੱਤਾ ਤੇ ਕਾਰ ਹਜ਼ਾਰਾਂ ਫੁੱਟ ਹੀਂਠਾਂ ਖਾਈ ਵਿੱਚ ਜਾ ਡੇਗੀ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਕੈਲੀਫੋਰਨੀਆ ਦੇ ਯੋਸਮਾਈਟ ਪਾਰਕ ਦੇ ਬਾਹਰਵਾਰ ਜੰਗਲ ਨੂੰ ਲੱਗੀ ਅੱਗ ਨੂੰ ਤੀਸਰਾ ਦਿਨ ਹੋ ਗਿਆ ਤੇ ਅਜੇ ਤੱਕ ਅੱਗ ਨੂੰ ਬੁਝਾਉਣ ਦੇ ਯਤਨ ਕਾਮਯਾਬ ਨਹੀਂ ਹੋਏ ਹਾਲਾਂਕਿ ਖਬਰਾਂ ਜ਼ਰੂਰ ਆਈਆਂ ਸਨ ਕਿ ਆਗਤੇ ਕੁਝ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ ਅਮਰੀਕਾ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਖੇਤਰ ਵਿੱਚ ਰਹਿੰਦੇ ਲੋਕ ਤੁਰੰਤ ਖੇਤਰ ਛੱਡ ਦੇਣ ਕੈਲੀਫੋਰਨੀਆ ਫਾਇਰ ਬਟਾਲੀਅਨ ਮੁਖੀ ਜੌਨ ਹੈਜੇ ਨੇ ਕਿਹਾ ਹੈ ਕਿ ਅੱਗ 16700 ਏਕੜ ਰਕਵੇ ਨੂੰ ਨਾਸ਼ਟ ਕਰ ਚੁੱਕੀ ਹੈ ਇਹ ਅੱਗ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤੇ ਲੋਕਾਂ ਲਈ ਸੁਰੱਖਿਆ ਤથા ਮਾ ਉੱਪਰ ਜਾਣ ਲਈ ਸਮਾਂ ਬਹੁਤ ਸੀਮਿਤ ਬਚਿਆ ਅਗਲੇ ਸ਼ੁੱਕਰਵਾਰ ਸਿਰੀ ਨਿਵਾੜਾ ਜੰਗਲੀ ਖੇਤਰ ਤੋਂ ਸ਼ੁਰੂ ਹੋਈ ਕੈਲੀਫੋਰਨੀਆ ਦੇ ਅੱਗ ਬੁਝਾਓ ਵਿਭਾਗ ਅਨੁਸਾਰ 2500 ਤੋਂ ਵੱਧ ਕਾਮੇ ਅੱਗ ਉੱਪਰ ਕਾਬੂ ਪਾਉਣ ਵਿੱਚ ਲੱਗੇ ਹੋਏ ਨੇ ਦਰਜਨ ਤੋਂ ਵੱਧ ਹੈਲੀਕਾਪਟਰ 281 ਅੱਗ ਬੁਝਾਉਣ ਵਾਲੀਆਂ ਗੱਡੀਆਂ ਤੇ ਪਾਣੀ ਵਾਲੇ ਟੈਂਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਹੈਗੀ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ ਇਸ ਲਈ ਬਿਨਾਂ ਦੇਰੀ ਕੀਤਿਆਂ ਅੱਗ ਨਾਲ ਪ੍ਰਭਾਵਿਤ ਖੇਤਰਾਂ ਵਿਚਾਲੇ ਵਾਸੀਆਂ ਨੂੰ ਘਰ ਛੱਡ ਦੇਣੀ ਚਾਹੀਦੇ ਨੇ ਯੂਕਰੇਨ ਨੂੰ ਹਾਲ ਹੀ ਵਿੱਚ ਮਾਰਕਾਂ ਤੋਂ ਹਿਮਰਾਸ ਜਾਨੀ ਕਿ ਹਾਈ ਮੋਬਿਲਿਟੀ ਆਟਲਰੀ ਰਾਕਟ ਸਿਸਟਮ ਰਾਕਟ ਸਿਸਟਮ ਮਿਲਿਆ ਯੂਕਰੇਨ ਨੇ ਅਮਰੀਕਾ ਨੂੰ ਜਿਹੇ ਹਥਿਆਰ ਮਹੱਈਆ ਕਰਵਾਉਣ ਦੀ ਅਪੀਲ ਕੀਤੀ ਸੀ ਜਿਸ ਦੇ ਵਰਤੋਂ ਰੂਸ ਨੂੰ ਹਰਾਉਣ ਲਈ ਕਰ ਸਕੇ ਇਸ ਤੋਂ ਬਾਅਦ ਹੀ ਅਮਰੀਕਾ ਨੇ ਯੂਕਰੇਨ ਨੂੰ ਇਹ ਸਿਸਟਮ ਮਹੱਈਆ ਕਰਵਾਇਆ ਇਸ ਦੇ ذریعے ਯੂਕਰੇਨ ਨੇ ਰੂਸ ਦੇ 4 ਦਰਜਨ ਤੋਂ ਵੱਧ ਗੋਲਾ ਬਰੂਧ ਡੀਪੂਆਂ ਨੂੰ ਤਬਾਹ ਕਰ ਦਿੱਤਾ ਹਾਲਾਂਕਿ ਰੂਸ ਨੇ ਵੀ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਹਥਿਆਰ ਪ੍ਰਣਾਲੀਆਂ ਨੂੰ ਨਸ਼ਟ ਕਰਨ ਦਾ ਦਾਵਾ ਕੀਤਾ ਹੈ ਇੱਕ ਰੂਸੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸਨੇ ਪੱਛਮੀ ਯੂਕਰੇਨ ਦੇ ਕੀਮੇਲਟਸਕੀ ਖੇਤਰ ਵਿੱਚ ਇੱਕੋ ਡੀਪੂ ਨੂੰ ਨਸ਼ਟ ਕਰ ਦਿੱਤਾ ਹੈ ਜੋ ਹਿਮਾਰਸ ਪ੍ਰਣਾਲੀ ਲਈ ਉੱਥੇ ਇਕੱਠਾ ਕੀਤਾ ਗਿਆ ਸੀ ਅਮਰੀਕਾ ਨੇ ਯੂਕਰੇਨ ਦੀ ਬੇਨਤੀ ਤੇ ਜੂਨ ਵਿੱਚ ਉਸ ਨੂੰ ਇਹ ਰਾਕਟ ਪ੍ਰਣਾਲੀ ਦੀ ਪਹਿਲੀ ਖੇਪ ਭੇਜੀ ਸੀ ਤੋਂ ਇਲਾਵਾ ਪਿਛਲੇ ਹਫ਼ਤੇ ਸਦੇ ਚਾਰ ਸਿਸਟਮ ਯੂਕਰੇਨ ਨੂੰ ਭੇਜੇ ਗਏ ਸਨ ਯੂਕਰੇਨ ਦੇ ਕੋਲ ਹੁਣ ਇਸ ਦੇ ਨਾਲ ਨਾਲ 12 ਯੂਐਸ ਹਾਈ ਮੋਬਿਲਿਟੀ ਆਟਰਲੀ ਰਾਕਟ ਸਿਸਟਮ ਨੇ ਜ਼ਿਕਰਯੋਗ ਹੈ ਕਿ ਰੂਸ ਨਾਲ ਜੰਗ ਤੋਂ ਬਾਅਦ ਯੂਕਰੇਨ ਨੂੰ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ, ਪੋਲੈਂਡ, ਸਲਵਾਕੀਆ ਸਮੇਤ ਕਈ ਦੇਸ਼ਾਂ ਨੇ ਹਥਿਆਰ ਮਹੱਈਆ ਕਰਵਾਏ ਹਨ। ਯੂਕਰੇਨ ਵਿੱਚ ਜੰਦੂ ਨੂੰ ਲੈ ਕੇ ਅਮਰੀਕਾ ਤੇ ਰੂਸ ਵਿੱਚ ਚੱਲ ਰਹੇ ਟਕਰਾਅ ਵਿੱਚ ਰੂਸੀ ਪੁਲਾੜ ਏਜੰਸੀ 2024 ਦੇ ਬਾਅਦ ਕਮਾਂਤਰੀ ਪੁਲਾੜ ਸਟੇਸ਼ਨ ਤੇ ਆਪਣੀ ਸਾਂਝੇਦਾਰੀ ਛੱਡ ਦੇਗੀ। ਮਤਲਬ ਰੂਸੀ 2024 ਦੇ ਬਾਅਦ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਵੱਖ ਹੋ ਜਾਏਗੀ। ਰੂਸ 2024 ਦੇ ਬਾਅਦ ਆਪਣਾ ਖੁੱਦ ਦਾ ਪੁਲਾੜ ਸਟੇਸ਼ਨ ਬਣਾਉਣ ਤੇ ਧਿਆਨ ਕੇਂਦ੍ਰਿਤ ਕਰੇਗਾ। ਦੇਸ਼ ਦੇ ਨਵ ਨਿਯੁਕਤ ਪੁਲਾੜ ਮੁਖੀ ਯੂਰੀ ਨੇ ਇਹ ਗੱਲ ਕਹੀ। ਉਨ੍ਹਾਂ ਦੇ ਅਨੁਸਾਰ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਰਕਾਰ ਪੁਲਾੜ ਨਿਗਮ ਰੋਸਕੋਮਸੋਮ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਪੁੱਤਰ ਨਾਲ ਬੈਠਕ ਦਰਾਂ ਕਿਹਾ ਕਿ ਰੂਸ ਪ੍ਰਯੋਜਨਾ ਛੱਡਣ ਤੋਂ ਪਹਿਲਾਂ ਕੁਮਾਂਤਰੀ ਪੁਲਾੜ ਸਟੇਸ਼ਨ ਵਿੱਚ ਹੋਰ ਹਿੱਸੇਦਾਰਾਂ ਲਈ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰੇਗਾ ਬੋਰੀਸੋਵ ਨੇ ਕਿਹਾ ਕਿ 2024 ਦੇ ਬਾਅਦ ਸਟੇਸ਼ਨ ਛੱਡਣ ਦਾ ਫੈਸਲਾ ਕੀਤਾ ਹੈ ਮੇਰਾ ਮੰਨਣਾ ਹੈ ਕਿ ਉਦੋਂ ਤੱਕ ਅਸੀਂ ਰੂਸ ਪੁਲਾੜ ਸਟੇਸ਼ਨ ਦਾ ਨਿਰਮਾਣ ਸ਼ੁਰੂ ਕਰ ਦੇਣਗੇ ਐਲਾਨ ਯੂਕਰੇਨ ਵਿੱਚ ਕ੍ਰਾਮਲਿਨ ਦੀ ਫੌਜੀ ਕਾਰਵਾਈ ਨੂੰ ਲੈ ਕੇ ਰੂਸ ਤੇ ਪੱਛਮ ਵਿੱਚ ਬਦੇ ਤਣਾਅ ਵਿੱਚ ਆਈ ਹੈ ਮਾਸਕੋ ਤੇ ਵਾਸ਼ਿੰਗਟਨ ਦੇ ਵਿੱਚ ਤਣਾਅ ਦੇ ਬਾਵਜੂਦ ਨਾਸਾ ਤੇ ਰੋਸਕੋਸਮੋਸ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਪੁਲਾੜ ਯਾਤਰੀਆਂ ਲਈ ਰੂਸੀ ਰਾਕਟ ਦੀ ਸਵਾਰੀ ਜਾਰੀ ਰੱਖਣ ਨੂੰ ਲੈ ਕੇ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਸਾਂ ਲੁਧਿਆਣਾ ਪੁਲਿਸ ਨੇ ਅਤ ਆਧੁਨਿਕ ਯੰਤਰਾਂ ਨਾਲ ਆਇਲਸ ਟੈਸਟ ਹੱਲ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਗਰੋਹ ਦੇ ਤਿੰਨ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿੱਚ ਆਇਲਸ ਸੈਂਟਰ ਚਲਾ ਰਿਹਾ ਮਾਲਕ ਵੀ ਸ਼ਾਮਲ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਸੁਹੇਲ ਕਾਸਨ ਮੀਰ ਨੇ ਦੱਸਿਆ ਕਿ ਪੁਲਿਸ ਵੱਲੋਂ ਇਹ ਕਾਰਵਾਈ ਐਸਐਚਓ ਅਮਨਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਲਈ ਪੁਲਿਸ ਪਾਰਟੀ ਨੇ ਅਮਲ ਵਿੱਚ ਲਿਆਂਦੀ ਹੈ ਤੇ ਕਾਬੂ ਕੀਤੇ ਦੋਸ਼ੀਆਂ ਵਿੱਚ ਦਲਬਾਗ ਸਿੰਘ ਪੁੱਤਰ ਹਰਪਾਜਨ ਸਿੰਘ ਬਾਸੀ ਪਿੰਡ ਰੋਡੇ ਮੋਗਾ ਆਦ ਲੋਕ ਸ਼ਾਮਿਲ ਨੇ ਇਹਨਾਂ ਦੇ ਵਿੱਚੋਂ ਕਈ ਹੱਲੇ ਫਰਾਰ ਵੀ ਨੇ ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿੱਚੋਂ 12 ਅਤੇ ਅਤ ਆਧੁਨਿਕ ਯੰਤਰ 5 ਮੋਬਾਈਲ ਇੱਕ ਕਾਰ ਪੇਪਰ ਦੇਣ ਵਾਲੇ ਬੱਬਲਪ੍ਰੀਤ ਸਿੰਘ ਦਾ ਪਾਸਪੋਰਟ ਅਤੇ ਉਸੇ ਹੋਰ ਦਸਤਾਵੇਜ਼ ਬਰਾਮਦ ਕੀਤੇ ਨੇ ਉਹਨਾਂ ਨੇ ਦੱਸਿਆ ਕਿ ਦੋਸ਼ੀ ਗੁਰਪ੍ਰੀਤ ਸਿੰਘ ਮੁਖਸਰ ਸਾਹਿਬ ਇੱਕ ਮਾਸਟਰ ਆਇਲ ਅਤੇ ਇਮੀਗ੍ਰੇਸ਼ਨ ਸੈਂਟਰ ਚਲਾਉਂਦਾ ਹੈ ਜਦਕਿ ਸਾਰੇ ਦੋਸ਼ੀ ਆਲਸ ਟੈਸਟ ਦੇਣ ਵਾਲੇ ਵਿਦਿਆਰਥੀਆਂ ਨਾਲ ਸੰਪਰਕ ਕਰਦੇ ਸਨ ਅਤੇ ਉਹਨਾਂ ਨੂੰ ਇੱਕ ਵਿਸ਼ੇਸ਼ ਜੰਤਰ ਰਾਹੀਂ ਟੈਸਟ ਦੌਰਾਨ ਸਵਾਲ ਹੱਲ ਕਰਵਾ ਦਿੰਦੇ ਸਨ ਪੁਲਿਸ ਵੱਲੋਂ ਇਹਨਾਂ ਖਿਲਾਫ ਕੇਸ ਦਰਜ ਕਰਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਅਫਗਾਨਿਸਤਾਨ ਵਿੱਚ ਸਥਿਰਤਾ ਦੇ ਵਿਚਾਰੇ ਤਾਲਿਬਾਨ ਨੇ ਪਹਿਲੀ ਵਾਰ ਗੈਰ ਮੁਸਲਮਾਨ ਨੂੰ ਲੈ ਕੇ ਵੱਡਾ ਵਾਅਦਾ ਕੀਤਾ ਹੈ। ਉਹਨਾਂ ਨੇ ਹਿੰਦੂਆਂ ਅਤੇ ਸਿੱਖਾਂ ਨੂੰ ਅਫਗਾਨਿਸਤਾਨ ਪਰਤਣ ਦੀ ਅਪੀਲ ਕੀਤੀ ਹੈ। ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਅਫਗਾਨਿਸਤਾਨ ਵਿੱਚ ਸੁਰੱਖਿਆ ਸਥਿਤੀ ਨੂੰ ਸੁਲਝਾ ਲਿਆ ਗਿਆ ਹੈ। ਉਨ੍ਹਾਂ ਨੇ ਹਿੰਦੂਆਂ ਅਤੇ ਸਿੱਖਾਂ ਨੂੰ ਦੇਸ਼ ਵਾਪਸ ਪਰਤਣ ਦੀ ਅਪੀਲ ਕਰ ਦਿੱਤੀ ਹੈ ਤਾਲੀਬਾਨ ਸ਼ਾਸਨ ਦੇ ਰਾਜ ਮੰਤਰੀ ਦੇ ਦਫ਼ਤਰ ਦੇ ਡਾਇਰੈਕਟਰ ਜਨਰਲ ਡਾਕਟਰ ਮੁਲਾ ਅਬਦੁਲ ਵਾਸੀ ਨੇ 24 ਜੁਲਾਈ ਨੂੰ ਅਫਗਾਨਿਸਤਾਨ ਦੇ ਹਿੰਦੂ ਅਤੇ ਸਿੱਖ ਕੌਂਸਲ ਦੇ ਕਈ ਮੈਂਬਰਾਂ ਦੇ ਨਾਲ ਮੁਲਾਕਾਤ ਤੋਂ ਬਾਅਦ ਇਹ ਬਿਆਨ ਦਿੱਤਾ ਅਫਗਾਨਿਸਤਾਨ ਦੇ ਚੀਫ ਆਫ ਸਟਾਫ ਦੇ ਦਫ਼ਤਰ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਫਸੀ ਨੇ ਕਾਬੁਲ ਵਿੱਚ Hindu ਅਤੇ Sikh ਨੇਤਾਵਾਂ ਦੇ ਇੱਕ ਵਫਦ ਨਾਲ ਮੁਲਾਕਾਤ ਕੀਤੀ ਅਤੇ ਸਾਰੇ ਭਾਰਤੀ ਅਤੇ ਸਿੱਖ ਹਮ ਵਤਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਸੁਰੱਖਿਆ ਸੰਬੰਧੀ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਗਿਆ ਹੈ ਜੋ ਵੀ Hindu ਅਤੇ Sikh ਭਾਈਚਾਰੇ ਦੇ ਲੋਕ ਦੇਚ ਛੱਡ ਕੇ ਗਏ ਸੀ ਉਹ ਹੁਣ ਅਫਗਾਨਿਸਤਾਨ ਪਰਤ ਸਕਦੇ ਨੇ ਕਿਉਂਕਿ ਦੇਸ਼ ਵਿੱਚ ਹੁਣ ਸੁਰੱਖਿਆ ਸਥਾਪਿਤ ਹੋ ਗਈ ਹੈ। ਪਾਕਿਸਤਾਨ ਵਿੱਚ ਭਾਰੀ ਮੀਂਹ ਅਤੇ ਹੜਾ ਕਾਰਨ ਕਰੀਬ 20 ਲੋਕਾਂ ਦੇ ਮਾਰੇ ਜਾਣ ਦੀ ਫਿਰ ਤੋਂ ਖਬਰ ਮਿਲੀ ਹੈ ਜਿਨ੍ਹਾਂ ਵਿੱਚੋਂ ਕਟੂਕਾਟੇਕ ਦਰਜਨ ਦੇ ਲਗਭਗ ਦੇਸ਼ ਦੀ ਵਪਾਰਕ ਰਾਜਧਾਨੀ ਕਰਾਚੀ ਵਿੱਚ ਮਾਰੇ ਗਏ। ਪਾਕਿਸਤਾਨ ਵਿੱਚ ਐਤਵਾਰ ਰਾਤ ਤੋਂ ਹੀ ਭਾਰੀ ਬਾਰਿਸ਼ ਹੋ ਰਹੀ ਹੈ। ਸੀਨੀਅਰ ਨਾਗਰਿਕ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿੱਚ ਕੁੱਲ 19 ਮੌਤਾਂ ਹੋਈਆਂ ਨੇ ਜਿਨ੍ਹਾਂ ਵਿੱਚ ਕਰਾਚੀ 'ਚ 12 ਅਤੇ ਸਭ ਤੋਂ ਵੱਧ ਪ੍ਰਭਾਵਤ ਬਲੋਚਿਸਤਾਨ ਸੂਬੇ ਵਿੱਚ 4 ਮੌਤਾਂ ਹੋਈਆਂ। ਉਹਨਾਂ ਨੇ ਦੱਸਿਆ ਕਿ ਬਾਰਿਸ਼ ਦੇ ਤਾਜ਼ਾ ਦੌਰ ਦੌਰਾਨ ਪਾਕਿਸਤਾਨ ਦੇ ਹੱਬ ਬ੍ਰਿਜ ਤੋਂ ਇਲਾਵਾ ਤਿੰਨ ਹੋਰ ਪੁਲ ਵਹਿ ਗਏ ਨੇ ਇਸ ਨਾਲ ਬਹੁਤ ਸਾਰੇ ਯਾਤਰੀ ਹੜ੍ਹ ਦੇ ਪਾਣੀ ਚ ਫਸ ਗਏ ਨੇ ਕਰਾਚੀ ਚ ਇਦੀ ਬੈਲਫੇਅਰ ਟਰਸਟ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਘੱਟੋ ਘੱਟ 6 ਲੋਕ ਬਿਜਲੀ ਦੀ ਲਪੇਟ ਵਿੱਚ ਆ ਗਏ ਜਦੋਂ ਕਿ 6 ਹੋਰ ਖੁੱਲੇ ਮੈਨ ਹੋਲਾਂ ਚ ਡੁੱਬ ਕੇ ਮਰ ਗਏ ਸ਼੍ਰੀਲੰਕਾ ਆਪਣੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਦੇਸ਼ ਵਿੱਚ ਆਰਥਿਕ ਸੰਕਟ ਕਾਰਨ ਲੋਕਾਂ ਦੀ ਹਾਲਤ ਤਰਸਯੋਗ ਹੈ ਸ਼੍ਰੀਲੰਕਾ ਵਿੱਚ ਸਰਕਾਰ ਬਦਲਣ ਤੋਂ ਬਾਅਦ ਵੀ ਹੁਣ ਤੱਕ ਕੋਈ ਸੁਧਾਰ ਨਹੀਂ ਹੋਇਆ ਸਗੋਂ ਸਮੱਸਿਆ ਦਿਨੋ-ਦਿਨ ਵਧਦੀ ਜਾ ਰਹੀ ਹੈ ਇਸ ਦਿਨ ਆੜੀ ਦੇਸ਼ ਤੇ ਹਸਪਤਾਲਾਂ ਤੇ ਬਾਲਣ ਦਾ ਸਭ ਤੋਂ ਬੁਰਾ ਹਾਲ ਹੋ ਗਿਆ ਸ਼੍ਰੀਲੰਕਾ ਦੇ ਹਸਪਤਾਲ ਟੇ ਜਾਣ ਦੀ ਕਗਾਰ ਤੇ ਨੇ ਕਿਉਂਕਿ ਸਰਜਰੀ ਦੇ ਸਾਜ਼ੋ-ਸਮਾਨ ਅਤੇ ਜੀਵਨ ਬਚਾਉਣ ਵਾਲੀਆਂ ਦਵਾਈਆਂ ਦੀ ਸਪਲਾਈ ਲਗਭਗ ਖਤਮ ਹੋ ਚੁੱਕੀ ਹੈ ਮਰੀਜ਼ ਇਲਾਜ ਨਾ ਕਰਵਾ ਕੇ ਘਰਾਂ ਨੂੰ ਪਰਤਣ ਲਈ ਮਜਬੂਰ ਨੇ ਸਥਾਨਕ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ శ్రీలంਕਾ ਵਿੱਚ ਇੰਦਨ ਦੀ ਤੀਬਰ ਘਾਟ ਨੇ ਮਰੀਜ਼ਾਂ ਅਤੇ ਡਾਕਟਰਾਂ ਤੋਂ ਵੱਲ ਯਾਤਰਾ ਨੂੰ ਮੁਸ਼ਕਲ ਕਰ ਦਿੱਤਾ ਹੈ శ్రీలంਕਾ ਆਪਣੀਆਂ ਬਾਕੀ ਲੋੜਾਂ ਦੀ ਪੂਰਤੀ ਲਈ ਕੱਚੇ ਮਾਲ ਸਮੇਤ ਆਪਣੀ ਔਸ਼ਧੀ ਸਪਲਾਈ ਅਤੇ ਸਾਜੋ-ਸਮਾਨ ਦਾ 85% ਆਯਾਤ ਕਰਦਾ ਹੈ ਹਾਲਾਂਕਿ ਟਾਪੂ ਦੇਸ਼ ਹੋਣ ਪਹਿਲਾ ਵਾਰ ਕਾ ਨਹੀਂ ਹੈ ਇੰਨਾ ਹੀ ਨਹੀਂ ਵਿਦੇਸ਼ੀ ਮੁਦਰਾ ਦੀ ਕਮੀ ਨੇ ਅਰਥਚਾਰੇ ਨੂੰ ਚੱਲਦਾ ਰੱਖਣ ਲਈ ਲੜਿੰਦੇ-ਬਾਲਣ ਦਾ ਸਰੋਤ ਬਣਾਉਣ ਤੋਂ ਪੂਰੀ ਤਰ੍ਹਾਂ ਅਸਮਰਥ ਬਣਾ ਦਿੱਤਾ ਜਿੱਥੇ শ্রীলੰਕਾ ਨੇ 26 ਜੁਲਾਈ ਨੂੰ ਪੈਟਰੋਲੀਅਮ ਉਤਪਾਦਕ ਦੇਸ਼ਾਂ ਵਿੱਚ ਤੇਲ ਕੰਪਨੀਆਂ ਨੂੰ ਹਿੰਦ ਮਹਾਸਾਗਰ ਦੇ ਟਾਪੂ ਵਿੱਚ ਆਪਣੇ ਉਤਪਾਦਾਂ ਨੂੰ ਆਯਾਤ ਕਰਨ ਅਤੇ ਵੇਚਣ ਲਈ ਮਿਹਨਤ ਚਲਾਈ শ্রীলੰਕਾ ਨੇ ਮਾੜੇ ਆਰਥਿਕ ਸੰਕਟ ਦੌਰਾਨ ਇੰਦਨ ਦੀ ਗੰਭੀਰ ਕਮੀ ਨੂੰ ਹੱਲ ਕਰਨ ਲਈ ਆਪਣਾ ਵਿਚਾਰ ਖੋਲਿਆ प्राप्त जानकारी अनुसार सेहत मंत्रालय ਦੇ ਅਧਿਕਾਰੀਆਂ ਨੇ శ్రీలంక ਦੀਆਂ ਜਨਤਕ ਸਿਹਤ ਸੇਵਾਵਾਂ ਦੀ ਮੌਜੂਦਾ ਸਥਿਤੀ ਬਾਰੇ ਬੇਰਵੇ ਦਿਣ ਤੋਂ ਇਨਕਾਰ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ శ్రీలంక ਦੀ 90% ਦੀ ਆਬਾਦੀ ਇਸ ਤੇ ਨਿਰਭਰ ਹੈ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਾਨ ਲੇਵਾ ਐਮਰਜੈਂਸੀ ਨੂੰ ਤਰਜੀਹ ਦੇਣ ਅਤੇ ਘੱਟ ਪ੍ਰਭਾਵਸ਼ਾਲੀ ਵਿਕਲਪ ਦਵਾਈਆਂ ਦੀ ਵਰਤੋਂ ਕਰਨ ਲਈ ਰੂਟੀਨ ਸਰਜਨੀਆਂ ਨੂੰ ਘਟਾਉਣ ਲਈ ਮਜਬੂਰ ਕੀਤਾ ਗਿਆ ਹੈ ਇਟਲੀ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 37 ਸਾਲਾ ਪੰਜਾਬਣ ਭਾਰਤੀ ਸਿਆਣੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਮਿਲੀ ਜਾਣਕਾਰੀ ਭਾਰਤੀ ਸਿਆਣੀ ਇਟਲੀ ਦੇ ਜ਼ਿਲ੍ਹਾ ਮਾਂਤੋਵਾ ਵਿੱਚ ਪਿੰਦੇ ਪਾਲੀਦਾਨੋ ਵਿਖੇ ਹਾਦਸੇ ਦਾ ਸ਼ਿਕਾਰ ਹੋਈ ਭਾਰਤੀ ਬੀਤੀ ਸ਼ਾਮ ਪੈਦਲ ਜਾ ਰਹੀ ਸੀ ਕਿ ਸੜਕ ਪਾਰ ਕਰਦੇ ਸਮੇਂ ਹਾਦਸਾ ਵਾਪਰ ਗਿਆ ਤੇ ਉਹ ਕਾਰਤੀਚੇਟ ਵਿੱਚ ਆ ਗਈ ਪਾਰਤੀ ਸ਼੍ਰੇਣੀ ਨੂੰ ਤੁਰੰਤ ਹਸਪੀਟਲ ਲਿਜਾਇਆ ਗਿਆ ਜਿੱਥੇ ਜ਼ਖਮ ਡੂੰਘੇ ਹੋਣ ਕਾਰਨ ਦਮ ਤੋੜ ਗਈ ਦੱਸ ਦੇ ਕਿ ਪਾਰਤੀ ਪਿਛਲੇ ਕਾਫੀ ਸਮੇਂ ਤੋਂ ਆਪਣੇ ਪਤੀ ਨਾਲ ਇਟਲੀ ਵਿੱਚ ਰਹਿ ਰਹੀ ਸੀ ਉਸਦੇ ਦੋ ਬੱਚੇ ਨੇ ਜਿਨ੍ਹਾਂ ਵਿੱਚ ਇੱਕ ਦੀ ਉਮਰ 15 ਸਾਲ ਹੈ ਤੇ ਦੂਜੇ ਦੀ ਉਮਰ 11 ਸਾਲ ਹੈ ਮ੍ਰਿਤਕਾ ਪਾਰਤੀ ਦੇ ਪਤੀ ਰਿੰਕੂ ਨੇ ਦੱਸਿਆ ਕਿ ਜਲਦ ਹੀ ਸਾਰੀ ਕਾਗਜ਼ੀ ਕਾਰਵਾਈ ਤੋਂ ਬਾਅਦ ਆਪਣੀ ਪਤਨੀ ਦੇ ਮ੍ਰਿਤਕ ਦੇ ਨੂੰ ਭਾਰਤ ਲੈ ਕੇ ਜਾਣਗੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰੀਸ ਜੌਨਸਨ ਨੇ ਮੰਗਲਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਬੋਲੋਡੀਮਿਰ ਜ਼ੇਲੈਂਸਕੀ ਨੂੰ ਸੌਰ ਵਿਨਸਟਨ ਚਰਚਿਲ ਲੀਡਰਸ਼ਿਪ ਅਵਾਰਡ ਨਾਲ ਸਨਮਾਨਿਤ ਕੀਤਾ ਅਤੇ ਸੰਕਟ ਦੇ ਸਮੇਂ ਦੋਵਾਂ ਨੇਤਾਵਾਂ ਦੀ ਤੁਲਨਾ ਕੀਤੀ ਜ਼ੇਲੈਂਸਕੀ ਨੇ ਜੌਨਸਨ ਦੇ ਲੰਡਨ ਦਫ਼ਤਰ ਵਿੱਚ ਇੱਕ ਸਮਾਰੋਹ ਦੌਰਾਨ ਵੀਡੀਓ ਲਿੰਕ ਰਾਹੀਂ ਪੁਰਸਕਾਰ ਸਵੀਕਾਰ ਕੀਤਾ ਇਸ ਸਮਾਗਮ ਵਿੱਚ ਚਰਚਿਲ ਦੇ ਪਰਿਵਾਰ ਦੇ ਮੈਂਬਰ ਯੂਕਰੇਨ ਦੇ ਰਾਸ਼ਦੂਤ ਬਾਦਮ ਪਿਸਟ੍ਰੇਕੋ ਅਤੇ ਹੋ ਯੂਕਰੇਨੀ ਵਿਸ਼ਾਭਾਲ ਹੋਏ ਜਿਨ੍ਹਾਂ ਨੇ ਬ੍ਰਿਟਿਸ਼ ਸੈਨਿਕਾਂ ਨਾਲ ਸਿੱਖ ਲਈ ਲਈ ਹੈ ਜੌਨਸਨ ਨੇ ਯਾਦ ਕੀਤਾ ਕਿ ਕੇਵੇ ਜ਼ੇਲੈਂਸਕੀ ਨੇ 24 ਫਰਵਰੀ ਨੂੰ ਪੁਸ਼ਟੀ ਕੀਤੀ ਸੀ ਕਿ ਰੂਸ ਨੇ ਹਮਲਾ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡੇ ਸੰਕਟ ਦੀ ਘੜੀ ਵਿੱਚ ਤੁਸੀਂ ਆਪਣੇ ਤਰੀਕੇ ਨਾਲ ਲੀਡਰਸ਼ਿਪ ਦੀ ਪ੍ਰੀਖਿਆ ਦਾ ਸਾਹਮਣਾ ਕੀਤਾ ਜਿਵੇਂ ਕਿ ਚਰਚਿਲ ਨੇ 1940 ਵਿੱਚ ਕੀਤਾ ਸੀ ਉੱਧਰ ਜ਼ੇਲੈਂਸਕੀ ਨੇ ਜੌਨਸਨ ਅਤੇ ਬ੍ਰਿਟੇਨ ਦੇ ਸਹਿਯੋਗ ਲਈ ਧੰਨਵਾਦ ਕੀਤਾ ਜੌਨਸਨ ਉੱਤਰ ਪੂਰਵੀ ਦੇਸ਼ ਯੂਕਰੇਨ ਤੇ ਰੂਸ ਦੇ ਹਮਲੇ ਤੋਂ ਬਾਅਦ ਕੀ ਦਾ ਦੌਰਾ ਕਰਨ ਵਾਲੇ ਪਹਿਲੇ ਪੱਛਮੀ ਨੇਤਾ ਸਨ ਮਹਿੰਗਾਈ ਨੇ ਹਰ ਕਿਸੇ ਦਾ ਜੀਵਣਾ ਮਹਾਲ ਕੀਤਾ ਹੋਇਆ ਹੈ ਤਨਖਾਹਾਂ ਦਾ ਸਥਿਰ ਰਹਿਣਾ ਜਾਂ ਕਟੌਤੀ ਹੋਣਾ ਹਾਲਾਤ ਨੂੰ ਹੋਰ ਪੇਚੀਦਾ ਬਣਾਉਂਦਾ ਹੈ ਤਨਖਾਹ ਵਾਅਦੇ ਦੇ ਸਬੰਧ ਵਿੱਚ ਯੂਕੇ ਭਾਰ ਵਿੱਚ 40000 ਤੋਂ ਵੱਧ ਰੇਲ ਕਰਮਚਾਰੀ 24 ਘੰਟੇ ਹੜਤਾਲ ਦੀ ਤਾਜ਼ਾ ਲੜੀ ਵਿੱਚ ਪਹਿਲੀ ਵਾਰ ਹੜਤਾਲ ਸ਼ੁਰੂ ਕਰਨ ਵਾਲੇ ਸਨ ਨੈਟਵਰਕ ਰੇਲ ਲਈ ਕੰਮ ਕਰ ਰਹੇ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਹੜਤਾਲ ਵਿੱਚ ਸਕਾਟ ਰੇਲ ਸਟਾਫ ਸ਼ਾਮਲ ਨਹੀਂ ਹੈ ਪਰ ਇਸ ਦਾ ਮਤਲਬ ਹੈ ਕਿ ਸਕਾਟਲੈਂਡ ਵਿੱਚ 9% ਤੋਂ ਘੱਟ ਆਮ ਸਿਮਾਵਾਹੀ ਕੰਮ ਕਰਨ ਗਿਆ ਨੈਟਵਰਕ ਰੇਲ ਸਟਾਫ ਤੇ 14 ਰੇਲ ਆਪਰੇਟਿੰਗ ਕੰਪਨੀਆਂ ਦੁਆਰਾ ਵਾਕਆਊਟ ਤਨਖਾਹ ਤੇ ਨੌਕਰੀਆਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਚੌਧਰੀ ਪਰਵੇਸ਼ ਇਲਾਹੀ ਨੇ ਨਾਟਕੀ ਘਟਨਾਕ੍ਰਮ ਤੋਂ ਬਾਅਦ ਬੁੱਧਵਾਰ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਵਜੋਂ ਸੌਂ ਚੁੱਕੀ ਹੈ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੇ ਫੈਸਲੇ ਨੂੰ ਗੈਰ ਸੰਵਿਧਾਨਕ ਘਰਾਰ ਦਿੱਤਾ ਤੇ PML-Q ਆਗੂ ਇਲਾਹੀ ਨੂੰ ਸਿਆਸੀ ਤੌਰ ਤੇ ਮਹੱਤਮਪੂਰਨ ਸੂਬੇ ਦਾ ਮੁੱਖ ਮੰਤਰੀ ਨਿਯੁਕਤ ਕੀਤਾ। ਇਸ ਫੈਸਲੇ ਨੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਵੱਡਾ ਝਟਕਾ ਦਿੱਤਾ ਹੈ ਕਿਉਂਕਿ ਉਹਨਾਂ ਦੇ ਪੁੱਤਰ ਹਮਜ਼ਾ ਸ਼ਰੀਫ ਤੋਂ ਵੀ ਭਰੋਸੇਯੋਗ ਮੁੱਖ ਮੰਤਰੀ ਦਾ ਰਤਬਾ ਖੋ ਲਿਆ ਗਿਆ। ਬਹੁਮਤ ਹਾਸਲ ਕਰਨ ਦੇ ਬਾਵਜੂਦ ਸ਼ੁੱਕਰਵਾਰ ਦੀ ਚੋਣ ਹਾਰ ਗਏ ਪਰਵੇਸ ਇਲਾਹੀ ਨੇ ਡਿਪਟੀ ਸਪੀਕਰ ਦੋਸਤ ਮਜ਼ਾਰੀ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਜਿਸ ਨੇ ਪ੍ਰਧਾਨ ਮੰਤਰੀ ਸ਼ਰੀਫ ਦੇ ਪੁੱਤਰ ਹਮਜ਼ਾ ਨੂੰ ਜੇਤੂ ਐਲਾਨ ਦਿੱਤਾ ਸੁਪਰੀਮ ਕੋਰਟ ਨੇ ਮੰਗਲਵਾਰ ਦੀ ਰਾਤ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀਆਂ ਚੋਣਾਂ ਵਿੱਚ 10 ਵੋਟਾਂ ਨੂੰ ਖਾਰਜ ਕਰਨ ਦੇ ਮਜ਼ਾਰੀ ਦੇ ਬਾਬਤ ਫੈਸਲੇ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਅਤੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਸਮਰਥਿਤ ਉਮੀਦਵਾਰ ਇਲਾਹੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਹੋਣਗੇ ਰੇਲਵੇ ਸਟੇਸ਼ਨ ਅਤੇ 에어ਪੋਰਟ ਵਰਗੀਆਂ ਥਾਵਾਂ ਤੇ ਸਮਾਨ ਦੇ ਬੈਗ ਗੁੰਮ ਹੋਣ ਜਾਂ ਬਦਲੇ ਜਾਣ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਨੇ ਯਾਤਰੀਆਂ ਦੀ ਭੀੜ ਵਿੱਚ ਇਹਨਾਂ ਨੂੰ ਕੰਟਰੋਲ ਕਰਨਾ ਉੱਥੇ ਸੁਰੱਖਿਆ ਤੇ ਨਜ਼ਰ ਰੱਖ ਰਹੇ ਸਟਾਫ ਲਈ ਵੀ ਆਸਾਨ ਨਹੀਂ ਹੁੰਦਾ ਪਰ ਇਸ ਨੂੰ ਕੰਟਰੋਲ ਕਰਨ ਲਈ ਹੁਣ ਜਰਮਨੀ ਵਿੱਚ ਇੱਕ ਅਜੀਬ ਪਹਿਲ ਕੀਤੀ ਜਾ ਰਹੀ ਹੈ ਇਸ ਪਹਿਲ ਦੀ ਚਰਚਾ ਦੁਨੀਆ ਭਰ ਚੋਰੀ ਹੈ ਦਰਅਸਲ ਇੱਥੇ 에어ਪੋਰਟ ਅਥਾਰਟੀ ਨੇ ਸਲਾਹਨੀਆਂ ਨੂੰ ਕਿਹਾ ਕਿ ਉਹ ਆਪਣੇ ਨਾਲ ਰੰਗीन ਪਾਵ ਰੰਗਬਰੰਗੇ ਬੈਗ ਲੈ ਕੇ ਆਉਣ ਅਧਿਕਾਰੀਆਂ ਦਾ ਮੰਨਣਾ ਹੈ ਕਿ ਰੰਗीन ਬੈਗ ਨਾਲ 에어ਪੋਰਟ attendants ਲਈ ਇਹ ਪਤਾ ਲਗਾਉਣਾ ਆਸਾਨ ਹੋ ਜਾਏਗਾ ਕਿ ਕਿਹੜਾ ਬੈਗ ਕਿਸਦਾ ਹੈ ਅਜੇ ਜ਼ਿਆਦਾਤਰ ਬੈਗ ਕਾਲੇ ਰੰਗ ਦੇ ਹੁੰਦੇ ਨੇ ਤੇ ਬੈਗਾਂ ਦੀ ਭੀੜ ਵਿੱਚ ਕਿਹੜਾ ਬੈਗ ਕਿਸਦਾ ਹੈ ਇਹ ਪਤਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ ਫ੍ਰੈਂਕਫਰਟ ਹਵਾਈ ਅੱਡੇ ਦੇ ਬੁਲਾਰੇ ਥਾਮਸ ਕਿਰਨਰ ਨੇ ਦੱਸਿਆ ਕਿ ਕਈ ਲੋਕ ਪੀਏ ਵਾਲੇ ਕਾਲੇ ਸੂਟਕੇਸ ਨਾਲ ਯਾਤਰਾ ਕਰਦੇ ਨੇ ਜਿਸ ਨਾਲ ਕਿਸੇ ਮੁਸੀਬਤ ਵਿੱਚ ਬੈਗ ਦੀ ਪਛਾਣ ਕਰਨ 'ਚ ਬਹੁਤ ਸਮਾਂ ਲੱਗਦਾ ਹੈ ਕਿਰਨਰ ਮੁਤਾਬਕ ਪਿਛਲੇ ਕੁਝ ਹਫ਼ਤਿਆਂ 'ਚ ਸੂਟਕੇਸ ਗੁੰਮ ਹੋਣ ਦੇ ਮਾਮਲਿਆਂ 'ਚ ਕਮੀ ਦੇ ਬਾਵਜੂਦ ਇੱਥੇ ਸੂਟਕੇਸਾਂ ਦੀ ਗਿਣਤੀ ਚਾਰ ਅੰਕਾਂ ਤੋਂ ਉੱਤੇ ਪਹੁੰਚ ਗਈ ਹੈ ਜੋ ਗੁੰਮ ਹੋਏ ਜਾਂ ਫਿਰ ਮਾਲਕਾਂ ਤੱਕ ਨਹੀਂ ਪਹੁੰਚੇ ਉਨ੍ਹਾਂ ਨੇ ਦੱਸਿਆ ਕਿ ਵਰਤਮਾਨ ਵਿੱਚ ਫ੍ਰੈਂਕਫਰਟ ਹਵਾਈ ਅੱਡੇ ਤੇ ਅਜੇ 2000 ਸੂਟਕੇਸ ਪਏ ਨੇ ਜੋ ਆਪਣੀ ਮੰਜ਼ਿਲ ਤੱਕ ਪਹੁੰਚਣ ਦਾ ਇੰਤਜ਼ਾਰ ਕਰ ਰਹੇ ਨੇ ਇਸ ਦੌਰਾਨ ਫ੍ਰੈਂਕਫਰਟ 에ਅਰਪੋਰਟ ਦੇ ਮੁਖੀ ਸਟੀਫਨ ਸ਼ੁਲਤੇ ਦਾ ਮੰਨਣਾ ਸੀ ਕਿ ਹਾਲ ਦੇ ਹਫ਼ਤਿਆਂ 'ਚ ਕਾਲੇ ਸੂਟਕੇਸਾਂ ਦੀ ਜ਼ਿਆਦਾ ਗਿਣਤੀ ਕਾਰਨ 에ਅਰਲਾਈਨਜ਼ ਅਤੇ ਬਾਗੇਜ ਹੈਂਡਲਰ ਵੱਲੋਂ ਕਈ ਕਾਫੀ ਦਿੱਕਤਾਂ ਆ ਰਹੀਆਂ ਨੇ ਸਮਾਨ ਰੱਖਣ ਤੋਂ ਬਾਅਦ ਐਗਜ਼ਿਟ ਦੌਰਾਨ ਇਹਨਾਂ ਦੀ ਕਾਫੀ ਅਦਲਾ ਬਦਲੀ ਹੋ ਜਾਂਦੀ ਹੈ ਇਸ ਨਾਲ ਨਜਿੱਠਣ ਲਈ 에어ਪੋਰਟ ਨੇ ਯਾਤਰੀਆਂ ਨੂੰ ਪਹਿਲਾਂ ਹੀ ਆਪਣੇ ਸਮਾਨ ਤੇ ਆਪਣਾ ਨਾਮ ਅਤੇ ਐਡਰੈਸ ਵਾਲਾ ਇੱਕ ਲੇਬਲ ਲਾਉਣ ਦਾ ਸੁਝਾਅ ਦਿੱਤਾ ਸੀ ਪਰ ਪੁਲਿਸ ਨੇ ਇਸ ਨੂੰ ਸੁਰੱਖਿਆ ਲਈ ਖਤਰਾ ਦੱਸਦੇ ਹੋਏ ਇਸ ਨੂੰ ਰੋਕਣ ਲਈ ਕਿਹਾ ਸੀ ਹੁਣ ਇਸ ਸਮੱਸਿਆ ਦੇ ਹੱਲ ਲਈ ਇਹ ਤਰੀਕਾ ਕੱਢਿਆ ਗਿਆ ਹੈ ਦੱਸਦੇ ਇਹ ਕਿ 에어ਪੋਰਟ ਤੇ ਇਸ ਤਰ੍ਹਾਂ ਦੀ ਦਿੱਕਤ ਉਸ ਸਮੇਂ ਤੋਂ ਆ ਰਹੀ ਹੈ ਜਦੋਂ ਕੋਰੋਨਾ ਕਾਰਨ ਯਾਤਰੀਆਂ ਦਾ ਆਉਣਾ ਜਾਣਾ ਬਹੁਤ ਕਾਟੇ ਜੇਕਰ ਯਾਤਰੀਆਂ ਦੀ ਗਿਣਤੀ ਵੱਧਦੀ ਹੈ ਤਾਂ ਫ੍ਰੈਂਕਫਰਟ 에ਅਰਪੋਰਟ ਲਈ ਸਥਿਤੀ ਨੂੰ ਸੰਭਾਲਣਾ ਹੋਰ ਮੁਸ਼ਕਿਲ ਹੋ ਜਾਂਦਾ ਹੈ। ਕੇਰਲ ਤੋਂ ਬਾਅਦ ਦਿੱਲੀ ਵਿੱਚ ਮੰਕੀਪੌਕਸ ਦਾ ਮਰੀਜ਼ ਮਿਲਣ ਮਗਰੋਂ ਸੂਬਿਆਂ ਵਿੱਚ ਵੀ ਇਸ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਪੀਜੀਆਈ ਵਿੱਚ ਮੰਕੀਪੌਕਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸੰਬੰਧੀ ਡਾਕਟਰ आरके सैगल ਨੂੰ ਨੋਡਲ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਪੀਜੀਆਈ ਵਿੱਚ ਮਰੀਜ਼ਾਂ ਲਈ ਖਾਸ ਇੰਤਜ਼ਾਮ ਕੀਤੇ ਗਏ ਨੇ ਤਾਂ ਜੋ ਜੇਕਰ ਕਿਸੇ ਮਰੀਜ਼ ਵਿੱਚ ਮੰਕੀ ਪੌਕਸ ਦੀ ਪੁਸ਼ਟੀ ਹੁੰਦੀ ਹੈ ਤਾਂ ਉਸ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਪੀਜੀਆਈ ਨੇ ਨਹਿਰੂ ਹਸਪਤਾਲ ਦੇ ਨਾਨ ਕਮਿਊਨੀਕੇਬਲ ਵਾਰਡ ਵਿੱਚ ਕੁਝ ਬੈੱਡਾਂ ਦਾ ਇੰਤਜ਼ਾਮ ਵੀ ਕੀਤਾ ਨਾਲ ਹੀ ਨਹਿਰੂ ਹਸਪਤਾਲ ਐਕਸਟੈਂਸ਼ਨ ਵਿੱਚ ਆਈਸੀਯੂ ਬੈੱਡ ਬਣਾਏ ਗਏ ਨੇ ਮੰਕੀ ਪੌਕਸ ਚਮੜੀ ਨਾਲ ਜੁੜੀ ਬਿਮਾਰੀ ਹੈ ਅਜਿਹੇ ਚ ਡਿਪਾਰਟਮੈਂਟ ਆਫ ਡਰਮਟੋਲੋਜੀ ਦੇ ਖਾਸ ਡਾਕਟਰਾਂ ਦੀ ਟੀਮ ਨੂੰ ਤਾਇਨਾਤ ਕੀਤਾ ਗਿਆ ਜੋ ਸਾਰੀ ਤਰ੍ਹਾਂ ਦਾ ਇੰਤਜ਼ਾਮ ਦੇਖਣਗੇ ਡਿਪਾਰਟਮੈਂਟ ਆਫ ਵਾਇਰੋਲੋਜੀ ਨੂੰ ਟੈਸਟਿੰਗ ਅਤੇ ਸੈਂਪਲਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਪੀਜੀਆਈ ਦਾ ਕਹਿਣਾ ਹੈ ਕਿ ਟ੍ਰਾਂਸਮਿਸ਼ਨ ਵੱਧਦਾ ਹੈ ਤਾਂ ਉਸ ਨੂੰ ਰੋਕਣ ਲਈ ਗੰਭੀਰ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਦੀ ਲੋੜ ਹੈ ਜਦੋਂ ਕਿ ਜਿਨ੍ਹਾਂ ਮਰੀਜ਼ਾਂ ਨੂੰ ਹਸਪਤਾਲਾਂ 'ਚ ਦਾਖਲ ਕਰਨ ਦੀ ਲੋੜ ਹੋਏਗੀ ਉਹਨਾਂ ਨੂੰ ਦਾਖਲ ਕੀਤਾ ਜਾਏਗਾ ICC ਦੇ ਮਹਿਲਾ ورلڈ ਕੱਪ ਟੂਰਨਾਮੈਂਟ ਦੇ ਮੇਜ਼ਬਾਨਾਂ ਨੂੰ ਲੈ ਕੇ ਐਲਾਨ ਹੋ ਚੁੱਕਾ ਹੈ ਏਸ਼ੀਆਈ ਫੈਨਸ ਲਈ ਮਜ਼ੇਦਾਰ ਗੱਲ ਇਹ ਹੈ ਕਿ 2024 ਤੋਂ 2027 ਤੱਕ ਮਹਿਲਾ ਕ੍ਰਿਕਟ ਵਿੱਚ ICC ਦੇ 4 ਵਿੱਚੋਂ 3 ਟੂਰਨਾਮੈਂਟ ਭਾਰਤੀ ਉਪਮਹਾਦੀਪ ਵਿੱਚ ਖੇਡੇ ਜਾਣਗੇ ਇਸ ਵਿੱਚ ਭਾਰਤ ਨੇ 2025 ਵਿੱਚ 1 ਡੇ ਵਿਸ਼ਪ ਕੱਪ ਦੀ ਮੇਜ਼ਬਾਨੀ ਦੇ ਅਧਿਕਾਰ ਜਿੱਤੇ ਨੇ ਜਦਕਿ T20 ਵਿਸ਼ਪ ਕੱਪ ਦੀ ਮੇਜ਼ਬਾਨੀ 2024 ਵਿੱਚ ਬੰਗਲਾਦੇਸ਼ ਅਤੇ 2026 ਵਿੱਚ ਇੰਗਲੈਂਡ ਦੁਆਰਾ ਕੀਤੀ ਜਾਏਗੀ ICC ਨੇ ਕਿਹਾ ਕਿ ਮੇਜ਼ਬਾਨਾਂ ਨੂੰ ਇੱਕ ਮੁਕਾਬਲੇ ਵਾਲੀ ਬੋਲੀ ਪ੍ਰਕਿਰਿਆ ਦੁਆਰਾ ਅੰਤਿਮ ਰੂਪ ਦਿੱਤਾ ਗਿਆ ਸੀ ਅਤੇ ਹਰੇਕ ਬੋਲੀ ਦੀ ਸਮੀਖਿਆ ਬੋਰਡ ਦੀ ਇੱਕ ਸਬ ਕਮੇਟੀ ਦੁਆਰਾ ਕੀਤੀ ਗਈ ਸੀ ਜਿਸ ਦੀ ਪ੍ਰਧਾਨਗੀ ਮਾਰਟਿਨ ਸਨੇਡਨ ਦੇ ਕਲੀਅਰ ਕੋਨਰ ਸੌਰਵ ਗਾਂਗਲੂ ਅਤੇ ਰਿਕੀ ਸਕਰਟ ਦੇ ਨਾਲ ਕੀਤੀ ਸੀ ਇਹ ਸਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਨ ਕੌਰ ਮਾਨ ਨੇ ਦਿਵਾ ਆ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ ਯੂਐਸਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਸਤਿ ਸ੍ਰੀ ਅਕਾਲ